ਤਾਂ ਇੱਕ ਨਿੱਜੀ ਸਕੂਲ ਦੀ ਬੱਸ ਦੀ ਭਿਆਨਕ ਟੱਕਰ ਹੋਈ ਕੈਂਟਰ ਦੇ ਨਾਲ, ਜਿਸ ਤੋਂ ਬਾਅਦ ਕਈ ਵਿਦਿਆਰਥੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਸਕੂਲੀ ਬੱਸ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਈ। ਵੈਨ ਦੇ ਵਿੱਚ 40 ਬੱਚੇ ਸਵਾਰ ਸਨ ਔਰ ਕਈਆਂ ਦੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਵੇਰ ਵੇਲੇ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਕੈਂਟਰ ਦੇ ਨਾਲ ਭਿਆਨਕ ਟੱਕਰ ਹੋਈ। ਤੇਜ਼ ਰਫ਼ਤਾਰ ਦੇ ਕਾਰਨ ਇਹ ਭਿਆਨਕ ਹਾਦਸਾ ਹੋਇਆ। ਬੱਸ ਦਾ ਡਰਾਈਵਰ ਅਤੇ ਮਹਿਲਾ ਹੈਲਪਰ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਨੇ। ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਪੈਂਦੇ ਧਨੌਲਾ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਭੱਠਲ ਜਾਣ ਵਾਲੀ ਸੜਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਭਿਆਨਕ ਹਾਦਸਾ ਹੋਇਆ। ਕਰੀਬ 4 ਬੱਚੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਬਰਨਾਲਾ ਦੇ ਵਿੱਚ ਰੈਫਰ ਕੀਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਸਕੂਲੀ ਬੱਸ, ਜਿਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਕੈਂਟਰ ਦੇ ਨਾਲ ਇਸ ਦੀ ਭਿਆਨਕ ਟੱਕਰ ਹੋਈ। ਬੱਚਿਆਂ ਦੇ ਨਾਲ ਇਹ ਬੱਸ ਭਰੀ ਹੋਈ ਸੀ, ਸਵੇਰ ਵੇਲੇ ਸਕੂਲੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਭਿਆਨਕ ਟੱਕਰ ਹੋਈ। ਤੇਜ਼ ਰਫ਼ਤਾਰ ਦਾ ਕਹਿਰ ਨਜ਼ਰ ਆਇਆ, ਬੱਸ ਕਾਫੀ ਤੇਜ਼ ਸੀ ਜਿਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। ਫਿਲਹਾਲ ਇਸ ਮਾਮਲੇ ਦੀ ਜਾਂਚ ਹੋਵੇਗੀ, ਪਤਾ ਲੱਗੇਗਾ ਕਿ ਕਿਸ ਦੇ ਕਾਰਨਾਂ ਦੇ ਕਰਕੇ ਇੰਨਾ ਵੱਡਾ ਭਿਆਨਕ ਹਾਦਸਾ ਹੋਇਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੱਚੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਸਕੂਲੀ ਵੈਨ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਈ। 14 ਸਕੂਲੀ ਬੱਚੇ ਨੇ ਜੋ ਗੰਭੀਰ ਜ਼ਖਮੀ ਹੋਏ ਨੇ। ਨਿੱਜੀ ਸਕੂਲ ਦੀ ਬੱਸ ਹੈ ਜਿਸ ਦੀ ਕੈਂਟਰ ਦੇ ਨਾਲ ਟੱਕਰ ਹੋਈ। ਤੇਜ਼ ਰਫ਼ਤਾਰ ਦੇ ਨਾਲ ਇਹ ਹਾਦਸਾ ਹੋਇਆ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੱਜ ਤਕਰੀਬਨ 8-10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ, ਉਹਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਬੱਚੇ ਅਤੇ ਉਹਨਾਂ ਦੇ 2 ਸਟਾਫ ਮੈਂਬਰ ਐਮਰਜੈਂਸੀ 'ਚ ਅਸੀਂ ਰਿਸੀਵ ਕੀਤੇ ਅਤੇ ਕੁਛ ਜਿਨ੍ਹਾਂ ਦੇ ਪੇਸ਼ੈਂਟਸ 'ਤੇ ਟਾਂਕੇ ਲੱਗਣੇ ਸੀ ਇਮੀਜੀਏਟਲੀ ਉਹ ਲਾ ਕੇ ਫਿਰ ਐਕਸਰੇ ਕਰਾਏ ਗਏ। ਤਕਰੀਬਨ 3 ਬੱਚਿਆਂ ਦੇ ਤਾਂ ਫ੍ਰੈਕਚਰ ਆਇਆ, ਉਹਨਾਂ ਨੂੰ ਔਰਥੋ ਡਿਪਾਰਟਮੈਂਟ 'ਚ ਭੇਜ ਦਿੱਤਾ ਗਿਆ। ਇੱਕ ਦੇ ਸਿਰ 'ਚ ਸੱਟ ਸੀ, ਉਹਦੇ ਸ਼ਾਇਦ ਸੀ ਟੀ ਸਕੈਨ ਦੀ ਜ਼ਰੂਰਤ ਸੀ, ਉਹਨੂੰ ਵੀ ਰੈਫਰ ਕਰਕੇ ਅਸੀਂ ਸਿਵਲ ਹਸਪਤਾਲ ਬਰਨਾਲੇ 'ਚ ਭੇਜ ਦਿੱਤਾ ਹੈ। ਬਾਕੀ ਸਭ ਨੂੰ ਫਸਟ ਏਡ ਦੇ ਕੇ ਅਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ 'ਚ ਰੱਖ ਲਿਆ। ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੀਂ ਘਰ ਭੇਜ ਦੇਵਾਂਗੇ, ਪਰ ਰੱਬ ਦੀ ਕਿਰਪਾ ਨਾਲ ਕੈਜੂਅਲਟੀ ਕੋਈ ਨਹੀਂ ਹੋਈ ਅਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ। ਡਿਗਰੀ ਰਿਫਿਊਜ਼ਲ ਸਕੂਲ ਦੀ ਬੱਸ ਇੱਦਾਂ ਕਰਦੀ, ਇਸ ਰੋਡ ਕਰਨੀ ਆ ਰਹੀ ਸੀ, ਉਹਦੇ ਭੱਠਾ ਰੋਡ ਤੋਂ ਜੀ ਉਹਨੇ ਕੈਂਟਰ ਸਿੱਧਾ ਮੂਹਰੇ ਸਿੱਧਾ ਕਰਤਾ ਜੀ, ਜਾਂ ਭੱਠਾ ਕਰੀ ਸਿੱਧਾ ਇੱਧਰ ਤਰੋਲ ਡਿਗਰੀ ਬਾਈਪਾਸ ਤੋਂ ਕੱਟ ਤੋਂ ਸਿੱਧਾ ਮੂਹਰੇ ਕਰਤਾ। ਕਿੰਨੇ ਬੱਚੇ ਸਵਾਰ ਸੀ? ਬੱਚੇ 42 ਬੱਚੇ ਸਰ। ਹਾਂਜੀ। ਕਿੰਨੇ ਵਜੇ ਦੀ ਗੱਲ ਹੈ ਸਰ? ਹਾਂਜੀ ਸਰ। ਕਿੰਨੇ ਵਜੇ ਦੀ ਘਟਨਾ? 1 ਵਜੇ ਘਟਨਾ ਜੀ, ਪੌਣੇ ਘਟਨਾ ਜੀ। ਕਿੱਥੋਂ ਲੈ ਕੇ ਆ ਰਹੇ ਸੀ ਬੱਚੇ? ਇਹ ਬੱਚੇ ਸਰ ਕਹਿੰਦੇ ਰਾਜੀ ਆ ਜੀ, ਕੋਟ ਦੇ ਨਾਲ ਕਾਲੇ ਕਿਆਂ ਦੇ ਵਿੱਚ ਸਕੂਲ ਨੂੰ ਜਾ ਰਹੇ ਸੀ? ਹਾਂ, ਸਕੂਲ ਨੂੰ ਜਾ ਰਹੇ ਸਰ। ਕਿੰਨੇ ਬੱਚੇ ਘਟਨਾ? ਬੱਚਾ ਸਰ ਮੈਨੂੰ ਤਾਂ ਨਹੀਂ ਪਤਾ ਜੀ ਕਿੰਨੇ ਹੋਏ ਜੀ, ਚੰਦ ਲਿਆ ਕਿ ਨਾ ਲਿਆ ਜੀ ਚੱਕ ਕੇ ਸਰ, ਬਸ 5-7 ਬੱਚਿਆਂ ਦਾ ਪਤਾ ਜੀ ਕਿਹਦਾ ਵਾਲਾ ਜੀ, ਹੋਰ ਦੂਜਿਆਂ ਦਾ ਕੁਛ ਪਤਾ ਨਹੀਂ। ਸਿੱਧੀ ਟੱਕਰ ਹੋ ਗਈ ਯਾਰ, ਸਿੱਧਾ ਮੂਹਰੇ ਕਰਤਾ ਲਿਆ ਬੇਜ ਯਾਰ। ਗਰੀਬ ਫੀਲਡ ਦੀ ਹੈ ਜੀ, ਦਾਨਗੜ੍ਹ ਸਕੂਲ ਦੀ। ਅਸੀਂ ਸਕੂਲ ਜਾ ਰਹੇ ਸੀ ਰਾਜੀਆਂ। ਰਾਜੀਆਂ ਤੋਂ ਆ ਰਹੇ ਸੀ? ਕਿੰਨੇ ਵਜੇ ਗੱਲ ਹੋਈ ਹੈ? ਕਿੱਥੇ ਹੋਈ? ਤਾਂ ਮਿਸਤਰੀ ਦੇ ਰੇਟ ਤੇ ਨਹੀਂ। ਹਾਂ, ਬੁੱਟਾ ਹੱਦੀ ਬੁੱਟਾ ਮੂਰੋ ਟਰੱਕ ਆ ਰਿਹਾ ਸੀ, ਸਕੂਲ ਜਾਂਦੇ ਸੀ। ਕਿੱਧਰੋਂ ਆਏ ਸੀ? ਬਸ ਤਾਂ ਵੀਰੇ ਰੋਡ ਤੇ ਜਾਈ ਜਾਂਦੀ ਸੀ, ਟਰੱਕ ਵਾਲੇ ਨੇ ਮੂਰੇ ਲਿਆਂਦੀ ਵਿੱਚ ਮਾਰਿਆ, ਮੂਰੇ ਲਿਆਂ ਕੇ। ਕਿੰਨੇ ਬੱਚੇ ਸੀ? ਮੇਰੇ 42 ਬੱਚੇ ਸੀ ਸਾਰੇ ਜਖਮੀ। ਨਹੀਂ ਵੀਰੇ।
ਸਾਡੇ ਸੱਤ